ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਤਸਵੀਰਾਂ ਦੇਸ਼ ਦੀ ਸੰਸਦ ਦੇ ਬਾਹਰਤੀਆਂ ਨੇ ਮਾਨ ਨੇ ਸੰਜੀਤ ਸਿੰਘ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਤਸਵੀਰਾਂ ਦੇ ਵਿੱਚ ਰਾਜ ਸਭਾ ਮੈਂਬਰ ਰਾਗਵ ਚੱਡਾ ਤੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਵੀ ਨਜ਼ਰ ਆ ਰਹੇ ਨੇ ਇਨੇ ਦਿਨੀ ਸੰਜੀਤ ਸਿੰਘ ਖੂਬ ਚਰਚਾ 'ਚ ਨੇ ਕਿਉਂਕਿ ਉਹਨਾਂ ਨੇ ਮਨੀਪੁਰ ਮੁੱਦੇ ਤੇ ਪੀਐਮ ਨਰਿੰਦਰ ਮੋਦੀ ਦੀ ਚੁੱਪੀ ਖਿਲਾਫ ਸਦਨ ਚ ਆਵਾਜ਼ ਉਠਾਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ